ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਕਿਰਨਦੀਪ ਕੌਰ ਅੱਜ ਆਪਾਂ ਪੰਜਾਬੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚੋਂ ਹਰਪ੍ਰੀਤ ਕੌਰ ਜੀ ਦਾ ਲਿਖਿਆ ਹੋਇਆ ਨਵੰਦ ਭਾਈ ਮਰਦਾਨਾ ਜੀ ਪੜਨ ਜਾ ਰਹੇ ਹਾਂ ਦੋ ਗੱਲਾਂ ਹਰਪ੍ਰੀਤ ਕੌਰ ਜੀ ਬਾਰੇ ਹਰਪ੍ਰੀਤ ਕੌਰ ਜੀ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਧਾਰਮਿਕ ਗਤੀਵਿਧੀਆਂ ਨਾਲ ਜੁੜੀ ਹੋਈ ਪ੍ਰਾਧਿਆਪਿਕਾ ਹੈ ਉਹਨਾਂ ਦੇ ਸਿੱਖ ਧਰਮ ਨਾਲ ਨਾਲ ਸੰਬੰਧਿਤ ਲੇਖ ਪੰਜਾਬੀ ਦੇ ਪ੍ਰਸਿੱਧ ਰਸਾਲੇ ਪੰਜਾਬੀ ਦੁਨੀਆ ਤਿਰਸ਼ੰਕੂ ਤੇ ਜਨ ਸਾਹਿਤ ਵਿੱਚ ਛਪਦੇ ਰਹੇ ਹਨ ਉਹਨਾਂ ਨੇ ਇੱਕ ਆਲੋਚਨਾਤਮਕ ਪੁਸਤਕ ਵੀ ਪੰਜਾਬੀਆਂ ਦੀ ਝੋਲੀ ਵਿੱਚ ਪਾਈ ਹੈ ਪੰਜਵਾ ਸਹਬਜਾਦਾ ਆਓ ਉਹਨਾਂ ਦੇ ਲਿਖੇ ਹੋਏ ਨਿਬੰਧ ਭਾਈ ਮਰਦਾਨਾ ਜੀ ਬਾਰੇ ਪੜ੍ਹਦੇ ਹਾਂ ਭਾਈ ਮਰਦਾਨਾ ਜੀ ਭਾਈ ਮਰਦਾਨਾ ਅਜੇਹਾ ਮਹਾਪੁਰਖ ਹੈ ਜਿਸ ਨੂੰ ਜੀਵਨ ਭਰ ਗੁਰੂ ਨਾਨਕ ਦੇਵ ਜੀ ਦੀ ਨਿਕਟਤਾ ਪ੍ਰਾਪਤ ਹੋਈ ਵਿਦਵਾਨ ਬਾਣੀਕਾਰ ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਰੂਪ ਦਾ ਦਰਜਾ ਦਿੱਤਾ ਹੈ ਉਥੇ ਦੂਸਰੇ ਸਥਾਨ ਤੇ ਭਾਈ ਮਰਦਾਨਾ ਜੀ ਨੂੰ ਰੱਖਦਿਆਂ ਉਹਨਾਂ ਦੀ ਰੋਹਾਨੀ ਮਹਾਨਤਾ ਦੀ ਵਡਿਆਈ ਕੀਤੀ ਹੈ ਪਿਆਰੇ ਬੱਚਿਓ ਪਾਈ ਮਰਦਾਨਾ ਜੀ ਅਜਿਹੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਨਿਕਟਤਾ ਪ੍ਰਾਪਤ ਹੋਈ ਹੈ ਪਾਈ ਗੁਰਦਾਸ ਜੀ ਨੇ ਗੁਰਨਾਨਕ ਦੇਵ ਜੀ ਨੂੰ ਅਕਾਲ ਰੂਪ ਦਾ ਦਰਜਾ ਦਿੱਤਾ ਹੈ ਉਥੇ ਦੂਸਰੇ ਸਥਾਨ ਤੇ ਪਾਈ ਮਰਦਾਨਾ ਜੀ ਨੂੰ ਰੱਖਦਿਆਂ ਉਹਨਾਂ ਨੂੰ ਉਹਨਾਂ ਦੀ ਰੋਹਾਨੀ ਮਹਾਨਤਾ ਦੀ ਵਡਿਆਈ ਕੀਤੀ ਹੈ ਰੋਹਾਨੀ ਮਹਾਨਤਾ ਰੋਹਾਨੀ ਅਧਿਆਤਮਕਤਾ ਉਹ ਆਪਣੀ ਪਹਿਲੀ ਵਾਰ ਵਿੱਚ ਪਹਿਲੀ ਵਾਰ ਵਿੱਚ ਲਿਖਦੇ ਹਨ ਇੱਕ ਬਾਬਾ ਅਕਾਲ ਰੂਪ ਦੂਜਾ ਰਬੀ ਮਰਦਾਨਾ ਪਰਮਾਤਮਾ ਨਾਲ ਇੱਕ ਮਿੱਕ ਸ਼ਖਸੀਅਤ ਗੁਰੂ ਨਾਨਕ ਦੇਵ ਜੀ ਨਾਲ ਕੀਰਤਨ ਕਰਦਿਆਂ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ ਰਬਾਬ ਇੱਕ ਇਨਸਟਰੂਮੈਂਟ ਹੈ ਜਿਸ ਦਾ ਆਪਾਂ ਬਾਦਯੰਤਰ ਕਹਿੰਦੇ ਹਾਂ ਉਹ ਵਜਾਇਆ ਕਰਦੇ ਸਨ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਇਤਿਹਾਸ ਵਿੱਚ ਬਹੁਤਾ ਕੁਝ ਲਿਖਿਆ ਹੋਇਆ ਨਹੀਂ ਮਿਲਦਾ ਪ੍ਰੰਤੂ ਫਿਰ ਵੀ ਕੁਝ ਵਿਦਵਾਨਾਂ ਨੇ ਉਹਨਾਂ ਦੇ ਜੀਵਨ ਬਾਰੇ ਪਰਮਾਨਿਕ ਸਮਗਰੀ ਪੇਸ਼ ਕਰਨ ਦਾ ਯਤਨ ਕੀਤਾ ਹੈ ਇਸ ਪੈਰੇ ਚੋਂ ਆਪਾਂ ਨੂੰ ਕੀ ਪਤਾ ਲੱਗਿਆ ਭਾਈ ਮਰਦਾਨਾ ਜੀ ਬਾਰੇ ਬਹੁਤਾ ਕੁਝ ਇਤਿਹਾਸ ਵਿੱਚ ਲਿਖਿਆ ਨਹੀਂ ਮਿਲਦਾ ਫਿਰ ਵੀ ਕੁਝ ਵਿਦਵਾਨਾਂ ਨੇ ਉਹਨਾਂ ਦੇ ਜੀਵਨ ਬਾਰੇ ਪ੍ਰਮਾਣਿਕ ਸਮਗਰੀ ਪੇਸ਼ ਕਰਨ ਦਾ ਯਤਨ ਕੀਤਾ ਹੈ ਕੋਸ਼ਿਸ਼ ਕੀਤੀ ਹੈ ਭਾਈ ਮਰਦਾਨਾ ਜੀ ਦਾ ਜਨਮ 1493 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ ਆਪ ਜੀ ਦੀ ਮਾਤਾ ਜੀ ਦਾ ਨਾਮ ਬੀਬੀ ਲਖੋ ਅਤੇ ਪਿਤਾ ਜੀ ਦਾ ਨਾਮ ਬਾਦਰਸ ਜੀ ਸੀ ਜੋ ਜਾਤ ਦੇ ਮਰਾਸੀ ਸਨ ਆਪ ਜੀ ਆਪਣੇ ਮਾਤਾ ਪਿਤਾ ਦੀ ਸਤਵੀਂ ਸੰਤਾਨ ਸਨ ਪਰ ਪਹਿਲੇ 6 ਬੱਚੇ ਪੈਦਾ ਹੋ ਕੇ ਮਰ ਗਏ ਸਨ ਕੁਝ ਵਿਦਵਾਨਾਂ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਇਸੇ ਕਰਕੇ ਹੀ ਆਪ ਜੀ ਨੂੰ ਮਰ ਜਾਣਾ ਕਿਹਾ ਜਾਂਦਾ ਸੀ ਹੁਣ ਪੈਸ ਪੈਰੇ ਤੋਂ ਆਪਾਂ ਨੂੰ ਮਰਦਾਨਾ ਭਾਈ ਮਰਦਾਨਾ ਜੀ ਦੇ ਜਨਮ ਬਾਰੇ ਕਿਹਨੋਂ ਹੋਇਆ ਸੀ ਪਿਆਰੇ ਬੱਚਿਓ 1493 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰ ਵਿੱਚ ਹੋਇਆ ਆਪ ਜੀ ਦੇ ਮਾਤਾ ਜੀ ਦਾ ਨਾਂ ਬੀਬੀ ਲਖੋ ਤੇ ਪਿਤਾ ਜੀ ਦਾ ਨਾਂ ਬਾਦਰ ਸਿੰਘ ਜੋ ਜਾਤ ਕਿਹੜੀ ਦੇ ਸੀ ਪਿਆਰੇ ਬੱਚਿਓ ਮਰਾਸੀ ਜਾਤ ਦੇ ਸੀ ਆਪਣੇ ਮਾਤਾ ਪਿਤਾ ਦੀ ਕਿੰਨੀ ਵੀ ਸੰਤਾਨ ਸੀ ਭਾਈ ਮਰਦਾਨਾ ਜੀ ਸੱਤਵੀਂ ਸੰਤਾਨ ਸਨ ਪਹਿਲੇ ਜਿਹੜੇ 6 ਬੱਚੇ ਸਨ ਪਿਆਰੇ ਬੱਚਿਓ ਉਹ ਪੈਦਾ ਹੋਏ ਹੀ ਮਰ ਗਏ ਸਨ ਤੇ ਵਿਦਵਾਨਾਂ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਇਸ ਕਰਕੇ ਹੀ ਉਹਨਾਂ ਦਾ ਨਾਮ ਮਰ ਜਾਣਾ ਰੱਖਿਆ ਗਿਆ ਮਰ ਜਾਣਾ ਕਿਹਾ ਜਾਂਦਾ ਸੀ ਪਰ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਭਾਈ ਮਰਦਾਨਾ ਜੀ ਦਾ ਬਚਪਨ ਦਾ ਨਾਂ ਦਾਨਾ ਸੀ ਹੁਣ ਕੁਝ ਇਤਿਹਾਸਕਾਰਾਂ ਦਾ ਵਿਚਾਰ ਸੀ ਉਹਨਾਂ ਦਾ ਨਾਮ ਕੀ ਸੀ ਮਰ ਜਾਣਾ ਔਰ ਕੁਝ ਇਤਿਹਾਸਕਾਰਾਂ ਦਾ ਨਾਮ ਹੈ ਵਿਚਾਰ ਹੈ ਕਿ ਉਹਨਾਂ ਦਾ ਬਚਪਨ ਦਾ ਨਾਮ ਕੀ ਸੀ ਦਾਨਾ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਬਾਅਦ ਵਿੱਚ ਉਹਨਾਂ ਦਾ ਨਾਂ ਦਾਨਾ ਤੋਂ ਮਰਦਾਨਾ ਰੱਖਿਆ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਦੇ ਹੋਣ ਕਰਕੇ ਬਚਪਨ ਤੋਂ ਹੀ ਇੱਕ ਦੂਜੇ ਦੇ ਮਿੱਤਰ ਸਨ ਦੋਨੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਮਿੱਤਰ ਸਨ ਕਿਉਂ ਮਿੱਤਰ ਸਨ ਕਿਉਂਕਿ ਇੱਕ ਹੀ ਪਿੰਡ ਦੇ ਸਨ ਭਾਈ ਮਰਦਾਨਾ ਜੀ ਮੁਸਲਮਾਨ ਮਰਾਸੀਆਂ ਦੀ ਰਬਾਬੀ ਭਾਈ ਚਾਰਕ ਸ਼੍ਰੇਣੀ ਨਾਲ ਸੰਬੰਧਤ ਹੋਣ ਕਰਕੇ ਰਬਾਬ ਵਜਾਉਣ ਦੇ ਚੰਗੇ ਮਹਾਰ ਸਨ ਕਿਹੜੀ ਸੈਣੀ ਸ਼੍ਰੇਣੀ ਨਾਲ ਸੰਬੰਧ ਸੀ ਮਰਾਸੀਆਂ ਦੀ ਮੁਸਲਮਾਨ ਸ਼੍ਰੇਣੀ ਨਾਲ ਤੇ ਰਬਾਬ ਵਜਾਉਣ ਦੇ ਵਿੱਚ ਮਹਾਰ ਸਨ ਇਹ ਕਲਾ ਉਹਨਾਂ ਨੂੰ ਪਰਵਾਰਿਕ ਵਿਰਾਸਤ ਵਿਰਸੇ ਵਿਰਾਸਤ ਵਿਰਸੇ ਵਿੱਚੋਂ ਮਿਲੀ ਸੀ ਆਪਣੇ ਪਰਵਾਰਿਕ ਵਿਰਸੇ ਵਿੱਚੋਂ ਮਿਲੀ ਸੀ ਗੁਰਨਾਨਕ ਦੇਵ ਜੀ ਰਾਗਾਂ ਦੇ ਜਾਣਕਾਰ ਅਤੇ ਚੰਗੇ ਕੀਰਤਨੀਏ ਸਨ ਇਸ ਲਈ ਉਹ ਭਾਈ ਮਰਦਾਨਾ ਜੀ ਦੀ ਇਸ ਕਲਾ ਦੇ ਪ੍ਰਸ਼ੰਸ਼ਕ ਬਣ ਗਏ ਰਾਗ ਸੰਗੀਤ ਅਤੇ ਵਾਦਨ ਕਲਾ ਵਿਚਲੀ ਸਾਜ ਦੋਹਾ ਵਿੱਚ ਪ੍ਰੇਮ ਤੇ ਦੋਸਤੀ ਦਾ ਕਾਰਨ ਬਣੀ ਕਿਸ ਕਿਸ ਵਿਚਲੀ ਸਾਂਝ ਪਿਆਰੇ ਬੱਚਿਓ ਰਾਗ ਸੰਗੀਤ ਅਤੇ ਵਾਦਨ ਕਲਾ ਵਿਚਲੀ ਸਾਂਝ ਵਾਦਨ ਵੀ ਨਹੀਂ ਵਜਾਉਣਾ ਕਿਸੇ ਵੀ ਚੀਜ਼ ਨੂੰ ਠੀਕ ਹੈ ਜੀ ਵਿਚਲੀ ਸਾਂਝ ਦੋਹਾਂ ਵਿੱਚ ਮਿੱਤਰਤਾ ਦਾ ਦੋਸਤੀ ਦਾ ਕਾਰਨ ਬਣੀ ਭਾਈ ਮਰਦਾਨਾ ਜੀ ਦੇ ਗ੍ਰਸਥ ਜੀਵਨ ਬਾਰੇ ਵੀ ਕੋਈ ਬਹੁਤੀ ਪ੍ਰਮਾਣਿਕ ਜਾਣਕਾਰੀ ਉਪਲਬਧ ਨਹੀਂ ਹੈ ਪ੍ਰੰਤੂ ਇਹ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਸ਼ਾਦੀशुदा ਸਨ ਹੁਣੇ ਤੋ ਆਪਾਂ ਨੂੰ ਪਤਾ ਭਾਈ ਮਰਦਾਨਾ ਜੀ ਦੇ ਪਰਿਵਾਰਕ ਬਾਰੇ ਆਪਾਂ ਨੂੰ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਸੀ ਪਰ ਇਹ ਜ਼ਰੂਰ ਸਪਸ਼ਟ ਹੈ ਕਿ ਉਹ ਸ਼ਾਦੀशुदा ਸਨ ਇਹ ਸ਼ਾਦੀ ਕਦੋਂ ਅਤੇ ਕਿਸ ਨਾਲ ਹੋਈ ਇਸ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਭਾਈ ਮਰਦਾਨਾ ਜੀ ਦੀ ਸੰਤਾਨ ਬਾਰੇ ਜਨਮ ਸਾਖੀਆਂ ਵਿੱਚੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸ਼ਾਹਜਾਦ ਸੀ ਜਿਸ ਨੂੰ ਕਈ ਵਿਦਵਾਨ ਸ਼ਜਾਦਾ ਵੀ ਲਿਖਦੇ ਹਨ ਇਤਿਹਾਸ ਵਿੱਚ ਜਿਗਰ ਆਉਂਦਾ ਹੈ ਕਿ ਭਾਈ ਮਰਦਾਨਾ ਜੀ ਦਾ ਇਹ ਹੀ ਪੁੱਤਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਰਿਹਾ ਹੈ ਹੁਣ ਦੇਖੋ ਉਹਨਾਂ ਦੀ ਸ਼ਾਦੀ ਬਾਰੇ ਕੋਈ ਕਿਸੇ ਨੂੰ ਕਿਸ ਨਾਲ ਹੋਈ ਪਤਾ ਨਹੀਂ ਹੈ ਲੇਕਿਨ ਉਹਨਾਂ ਦੀ ਇੱਕ ਸੰਤਾਨ ਬਾਰੇ ਸਾਨੂੰ ਕਿੱਥੋਂ ਪਤਾ ਲੱਗਦਾ ਹੈ ਪਿਆਰੇ ਬੱਚਿਓ ਜਨਮ ਸਾਖੀਆਂ ਵਿੱਚੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸ਼ਾਹਜਾਦ ਸੀ ਕਈ ਵਿਦਵਾਨ ਸ਼ਾਜਾਦਾ ਵੀ ਲਿਖਦੇ ਹਨ ਇਤਿਹਾਸ ਵਿੱਚ ਇਹ ਜਿਗਰ ਆਉਂਦਾ ਹੈ ਕਿ ਭਾਈ ਮਰਦਾਨਾ ਜੀ ਦਾ ਇਹੀ ਪੁੱਤਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਤਿਆਗ ਦਿੱਤੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਤਾਂ ਲੋਕਾਂ ਦੀ ਭਲਾਈ ਕਰਨਾ ਸੀ ਇਸੇ ਸਮੇਂ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਪਾਈ ਮਰਦਾਨਾ ਜੀ ਨੂੰ ਸultanpur Lodhi ਭੇਜਿਆ ਤਾਂ ਕਿ ਉਹ ਗੁਰੂ ਨਾਨਕ ਦੇਵ ਜੀ ਬਾਰੇ ਖਬਰ ਸਾਰ ਲੈ ਕੇ ਆਉਣ ਹੁਣ ਜੀ ਗੁਰੂ ਨਾਨਕ ਦੇਵ ਜੀ ਨੇ ਸultanpur Lodhi Lodhi Sultanpur Lodhi ਵਿਖੇ ਮੋਦੀ ਖਾਨੇ ਵਿੱਚੋਂ ਕੀ ਕਰਕੇ ਇਸ ਚੀਜ਼ ਦਾ ਤਿਆਗ ਕਰਤਾ ਨੌਕਰੀ ਦਾ ਤਿਆਗ ਕਰਤਾ ਮਕਸਦ ਉਹਨਾਂ ਦਾ ਇਹ ਮਕਸਦ ਸੀ ਕਿ ਲੋਕਾਂ ਦੀ ਭਲਾਈ ਕਰਨਾ ਸੀ ਉਸ ਸਮੇਂ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਪਿਤਾ ਜੀ ਦਾ ਕੀ ਨਾਮ ਸੀ ਗੁਰਨਾਨਕ ਦੇਵ ਜੀ ਦੇ ਦਾ ਮਹਿਤਾ ਕਾਲੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਲੋਧੀ ਭੇਜਿਆ ਕਿ ਉਹ ਗੁਰਨਾਨਕ ਦੇਵ ਜੀ ਬਾਰੇ ਖਬਰਸਾਰ ਲੈ ਕੇ ਆਉਣ ਕਿ ਉਹ ਉੱਥੇ ਕਿਸ ਤਰ੍ਹਾਂ ਹਨ ਉਹਨਾਂ ਦੀ ਸੂਚਨਾ ਸਾਨੂੰ ਆ ਕੇ ਦੇਣ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੇ ਤਾਂ ਉਹਨਾਂ ਦੀ ਮਹਾਨ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕੇ ਅਤੇ ਉਹਨਾਂ ਨੂੰ ਹੀ ਸਮਰਪਤ ਹੋ ਗਏ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਭਾਈ ਮਰਦਾਨਾ ਜੀ ਕੋਲੋਂ ਉਹਨਾਂ ਦੀਆਂ ਸੇਵਾਵਾਂ ਮੰਗ ਲਈਆਂ ਭਾਈ ਮਰਦਾਨਾ ਜੀ ਖੁਸ਼ੀ ਨਾਲ ਆਪਣੀਆਂ ਸੇਵਾਵਾਂ ਦੇਣ ਲਈ ਸਹਿਮਤ ਹੋ ਗਏ ਹੁਣ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕੋਲੇ ਪਹੁੰਚੇ ਆ ਜਦੋਂ ਪਹੁੰਚੇ ਤਾਂ ਉਹਨਾਂ ਦੀ ਰੋਹਾਨੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਨਹੀਂ ਸਕੇ ਮਰਦਾਨਾ ਜੀ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਰਾਜੀ ਕਰ ਲਿਆ ਕਿ ਤੁਸੀਂ ਮੈਨੂੰ ਆਪਣੀਆਂ ਸੇਵਾਵਾਂ ਦੇ ਸਕਦੇ ਹੋ ਤਾਂ ਮਰਦਾਨਾ ਜੀ ਰਾਜੀ ਹੋ ਗਏ ਸਹਿਮਤ ਹੋ ਗਏ ਰਾਜੀ ਹੋ ਗਏ ਜਦੋਂ ਗੁਰੂ ਨਾਨਕ ਦੇਵ ਜੀ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਤਾਂ ਭਾਈ ਮਰਦਾਨਾ ਜੀ ਰਬਾਬ ਤੇ ਉਹਨਾਂ ਦਾ ਸਾਥ ਦਿੰਦੇ ਤਾਂ ਆਲੇ ਦੁਆਲੇ ਇੱਕ ਰੋਹਾਨੀ ਵਾਤਾਵਰਨ ਸਿਰਜਾ ਜਾਂਦਾ ਜਦੋਂ ਧੁਰ ਕੀ ਬਾਣੀ ਧੁਰ ਕੀ ਬਾਣੀ ਹੁਫ਼ਤੋਂ ਆਈ ਹੋਈ ਬਾਣੀ ਦਾ ਜਦੋਂ ਕੀਰਤਨ ਕਰਦੇ ਸਨ ਤਾਂ ਉਹ ਕੀ ਕਰਦੇ ਸੀ ਮਰਦਾਨਾ ਉਹਨਾਂ ਦਾ ਰਬਾਬ ਵਿੱਚ ਸਾਥ ਦਿੰਦੇ ਸਨ ਤੇ ਫੇਰ ਰੋਹਾਨੀ ਵਾਤਾਵਰਨ ਅਧਿਆਤਮਿਕ ਵਾਤਾਵਰਨ ਚਾਰੇ ਵਿੱਚ ਫੇਰੇ ਅਧਿਆਤਮਿਕ ਵਾਤਾਵਰਨ ਸਿਰਜਿਆ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਕਿ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਲੋਕਾਈ ਨੂੰ ਸਹੀ ਰਸਤੇ ਤੇ ਸਦਾ ਦਿਖਾਉਣਾ ਹੈ ਲੋਕ ਭਲਾਈ ਕਰਨਾ ਹੈ ਅਤੇ ਇਸ ਮਕਸਦ ਲਈ ਉਹਨਾਂ ਨੂੰ ਆਪਣਾ ਘਰ-ਬਾਰ ਛੱਡਣਾ ਪਏਗਾ ਹੁਣ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਕਿ ਉਹਨਾਂ ਦਾ ਮਕਸਦ ਕੀ ਹੈ ਲੋਕ ਭਲਾਈ ਦਾ ਕੰਮ ਕਰਨਾ ਹੈ ਲੋਕ ਭਲਾਈ ਦੇ ਕੰਮ ਕਰਨ ਲਈ ਉਹਨਾਂ ਨੂੰ ਘਰ-ਬਾਰ ਤਿਆਗਣਾ ਪਏਗਾ ਤਨਵਾਦ ਪਿਆਰੇ ਬੱਚਿਓ ਅਗਲੀ ਕਲਾਸ ਵਿੱਚ ਆਪਾਂ ਇਸ ਦੇ ਅਗਲੇ ਭਾਗ ਨਾਲ ਮਿਲਦੇ ਹਾਂ ਪੜ੍ਹਦੇ ਹਾਂ ਅਗਲੀ ਕਲਾਸ ਵਿੱਚ